ਬਾਲੀਵੁੱਡ ਇੰਡਸਟਰੀ ਦੀ ਬਿਗ ਬਜਟ ਫਿਲਮ ਤੇ ਮੈਂ ਤੁਹਾਡੇ ਨਾਲ ਖੁਸ਼ੀ ਸਰਾਂ ਤੇ ਲੈ ਕੇ ਆਈ ਆ ਇਸ ਫਿਲਮ ਦੀ ਲੇਟੈਸਟ ਅਪਡੇਟ ਚ। ਬਿਲਕੁਲ ਦਬੰਗ ਖਾਨ ਦੇ ਫੈਨਸ ਲਈ ਗੁੱਡ ਨਿਊਜ਼ ਕਿ ਇਸ ਫਿਲਮ ਦੇ ਵਿੱਚ ਸਲਮਾਨ ਖਾਨ ਹਨੂਮਾਨ ਜੀ ਦਾ ਕਰੈਕਟਰ ਕਰਦੇ ਹੋਏ ਨਜ਼ਰ ਆਉਣਗੇ। ਰਾਮਾਇਣ ਦੇ ਬਹੁਤ ਹੀ ਫੇਮਸ ਕਰੈਕਟਰ ਨੇ ਹਨੂਮਾਨ ਜੀ। ਹਨੂਮਾਨ ਜੀ ਵਾਯੂ ਦੇ ਪੁੱਤਰ ਸੀ। ਹਨੂਮਾਨ ਜੀ ਸ਼੍ਰੀ ਰਾਮ ਜੀ ਦੇ ਭਗਤ ਸੀ। ਜਦੋਂ ਰਾਵਣ ਨੇ ਸੀਤਾ ਮਾਤਾ ਦਾ ਹਰਨ ਕੀਤਾ ਤਾਂ ਹਨੂਮਾਨ ਜੀ ਹੀ ਮਾਤਾ ਸੀਤਾ ਕੋਲ ਪਹੁੰਚੇ ਸੀ ਤੇ ਸ਼੍ਰੀ ਰਾਮ ਜੀ ਦੀ ਮੁੰਦਰੀ ਦੇ ਕੇ ਇਸ ਗੱਲ ਦਾ ਅਹਿਸਾਸ ਕਰਵਾਤਾ ਸੀ ਕਿ ਉਹ ਜਲਦੀ ਹੀ ਰਾਵਣ ਦੇ ਕੋਲੋਂ ਮਾਤਾ ਸੀਤਾ ਨੂੰ ਬਚਾ ਲੈਣਗੇ। ਹਨੂਮਾਨ ਜੀ ਬਹੁਤ ਹੀ ਬਲਵਾਨ ਤੇ ਸ਼ਕਤੀਸ਼ਾਲੀ ਸੀ। ਹਮੇਸ਼ਾ ਦੀ ਤਰ੍ਹਾਂ ਦਬੰਗ ਖਾਨ ਯਾਨੀ ਕਿ ਸਲਮਾਨ ਖਾਨ ਇਸ ਕਰੈਕਟਰ ਨੂੰ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਨਿਭਾਉਣਗੇ ਤੇ ਉਹਨਾਂ ਦੇ ਫੈਨਸ ਨੂੰ ਇਸ ਫਿਲਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ। ਇਹ ਫਿਲਮ ਬਾਲੀਵੁੱਡ ਦੇ ਇਤਿਹਾਸ ਦੀ ਸਭ ਤੋਂ ਵੱਡੀ ਫਿਲਮ ਹੋਣ ਵਾਲੀ ਹੈ। ਇਸ ਫਿਲਮ ਚ ਇੰਡਸਟਰੀ ਦਾ ਹਰ ਵੱਡੇ ਤੋਂ ਵੱਡਾ ਸਿਤਾਰਾ ਨਜ਼ਰ ਆਏਗਾ। ਅਜੇ ਤੱਕ ਫਿਲਮ ਦੀ ਕੋਈ ਰਿਲੀਜ਼ਿੰਗ ਡੇਟ ਤਾਂ ਨਹੀਂ ਆਈ ਪਰ ਲੋਕਾਂ ਨੂੰ ਹੁਣ ਤੋਂ ਹੀ ਇਸ ਫਿਲਮ ਦਾ ਬਹੁਤ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਆ। ਦੋਸਤੋ ਬਾਲੀਵੁੱਡ ਇੰਡਸਟਰੀ ਦੀ ਬਿਗ ਬਜਟ ਫਿਲਮ ਯਾਨੀ ਕਿ ਰਾਮਾਇਣ ਦੀ ਹਰ ਲੇਟੈਸਟ ਅਪਡੇਟਸ ਨੂੰ ਜਾਣਨ ਦੇ ਲਈ ਦੇਖਦੇ ਰਹੋ ਸਟਾਰ ਕੈਨੇਡਾ ਟੀਵੀ। ਫਾਰ ਮੋਰ ਇਨਫੋਰਮੇਸ਼ਨ ਸਬਸਕ੍ਰਾਈਬ ਦ ਚੈਨਲ ਐਂਡ ਪ੍ਰੈਸ ਦ ਬੈਲ ਆਈਕਨ।